ਰੂਪਨਗਰ ਦੇ ਪਿੰਡ ਪਤਰੇੜੀ ਜੱਟਾਂ ਨਜ਼ਦੀਕ ਅੱਜ ਸਵੇਰੇ 5:30 ਵਜੇ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਗੈਂਗਸਟਰ ਦਿਲਪ੍ਰੀਤ ਦਾ ਸਾਥੀ ਹਰਜਿੰਦਰ ਸਿੰਘ ਉਰਫ ਆਕਾਸ਼ ਨੰਦੇੜ ਕਾਬੂ ਕਰ ਲਿਆ ਗਿਆ। ਆਕਾਸ਼ ਲੰਘੀ ਰਾਤ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਕਾਰ ਖੋ ਕੇ ਫਰਾਰ ਹੋਇਆ ਸੀ। ਦੱਸ ਦਈਏ ਕਿ ਆਕਾਸ਼ ਦਿਲਪ੍ਰੀਤ ਦਾ ਨੇੜਲਾ ਸਾਥੀ ਸੀ, ਜਿਹੜਾ ਕਿ ਚੰਡੀਗੜ੍ਹ ਦੇ 39 ਸੈਕਟਰ ਸਰਪੰਚ ਕਤਲਕਾਂਡ ਵਿੱਚ ਸ਼ਾਮਿਲ ਸੀ ਅਤੇ ਪੰਜਾਬ ਸਮੇਤ ਹੋਰ ਸੂਬਿਆਂ ਦੀ ਪੁਲਿਸ ਨੂੰ ਕਈ ਵਾਰਦਾਤਾਂ ਵਿੱਚ ਲੋੜੀਂਦਾ ਸੀ। ਮੁਕਾਬਲੇ ਵਿੱਚ ਆਕਾਸ਼ ਦੀ ਖੱਬੀ ਬਾਂਹ ਵਿੱਚ ਗੋਲੀ ਲੱਗੀ ਹੈ, ਜਿਸ ਨੂੰ ਸਿਵਲ ਹਸਪਤਾਲ ਰੂਪਨਗਰ ਦਾਖਲ ਕਰਾਇਆ ਗਿਆ। ਇਹਤੇ ਹੀ ਉਸਦਾ ਸਾਥੀ ਦਿਲਪ੍ਰੀਤ ਵੀ ਜ਼ੇਰ ਇਲਾਜ ਹੈ। ਦੱਸ ਦਈਏ ਕਿ ਆਕਾਸ਼ ਦੇ 5 ਕਤਲ ਕੇਸ ਅਤੇ 13-14 ਲੁੱਟਖੋ ਦੀਆਂ ਵਾਰਦਾਤਾਂ ਦੇ ਮੁਕਾਬਲੇ ਦਰਜ ਨੇ। ਇਸ ਤੇ 5 ਲੱਖ ਰੁਪਏ ਮਹਾਰਾਸ਼ਟਰ ਵਿੱਚ, 2 ਲੱਖ ਰੁਪਏ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਵੱਲੋਂ ਨਕਦ ਇਨਾਮ ਰੱਖਿਆ ਹੋਇਆ ਸੀ। ਅੱਜ ਸਵੇਰੇ ਕਰੀਬ 4:30-5 ਵਜੇ ਗੱਡੀ ਦੇਖੀ ਗਈ, ਉਹਦਾ ਪਿੱਛਾ ਕੀਤਾ ਗਿਆ, ਨਾਕਾ ਵੀ ਤੋੜਿਆ, 8-9 ਕਿਲੋਮੀਟਰ ਪਿੱਛਾ ਕਰਕੇ ਇੱਥੇ ਘੇਰੀ ਗੱਡੀ ਅਤੇ ਜਿਹੜਾ ਅੰਦਰ ਬੈਠਾ ਸੀਗਾ ਉਹਨੇ ਉਤਰਦੀ ਫਾਇਰ ਕੀਤਾ ਪੁਲਿਸ ਪਾਰਟੀ 'ਤੇ ਅਤੇ ਜਵਾਬੀ ਫਾਇਰ 'ਤੇ ਉਹ ਜ਼ਖਮੀ ਵੀ ਹੋ ਗਿਆ। ਲੈਫਟ ਸਾਈਡ ਸ਼ੋਲਡਰ 'ਤੇ, ਉਹਦੀ ਬਾਜੂ ਸ਼ੋਲਡਰ 'ਤੇ ਉਹਨੂੰ ਗੋਲੀ ਲੱਗੀ ਹੈ। ਆਊਟ ਆਫ ਡੇਂਜਰ ਹੈ, ਕ੍ਰਿਟੀਕਲ ਨਹੀਂ ਹੈ। ਹਸਪਤਾਲ ਲੈ ਗਏ ਉਹਨੂੰ ਅਤੇ ਬਾਕੀ ਅੱਗੇ ਜਾਂਚ ਜਾਰੀ।